ਉਹ ਸਿਆੜੇ ਕਹਿੰਦੇ ਨੇ ਮੈਂ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ ਮੇਰਾ ਸਾਲਾ ਚਾਰ ਕਢਾਈ ਬੈਠਾ ਤੇ ਪਾਛੇ ਇੰਜਣਾਂ ਦੀ ਆਵਾਜ਼ ਆ ਰਹੀ ਹੈ ਡਾਂਸ ਕਰਦਾ ਅੱਗੇ ਜੇ ਮੱਝ ਨਵੇਂ ਦੁੱਧ ਹੁੰਦੀ ਸੀ ਝੋਟੇ ਕੋਲੇ ਲੈ ਕੇ ਜਾਣੀ ਪੈਂਦੀ ਸੀ ਜੋ ਮਰਜ਼ੀ ਕਰੇ ਜੇ ਪੰਥਕ ਪਾਰਟੀ ਨੂੰ ਵੋਟ ਪਾਵਾਂ ਹਾਂ ਫਿਰ ਮੇਰੀ ਗੱਲ ਸੁਣ ਕੁੱਛੜ ਫੜ ਲਈ ਪੰਥਕ ਪਾਰਟੀ ਦੇ ਕਦੇ ਕੈਲਾਸ਼ਾਂ ਇੱਥੇ ਖੁਰ ਨਹੀਂ ਹੁੰਦੀ ਸੀ ਵੀਹ ਮੱਝਾਂ ਹੋਣੀਆਂ ਹੈ ਤੜਕੇ ਆਉਣਾ ਮੈਨੂੰ ਅੱਜ ਵੀ ਯਾਦ ਆ ਮੇਰੇ ਬਾਪੂ ਨਾਲ ਆਉਂਦਾ ਹੁੰਦਾ ਸੀ ਚਾਚੀ ਦੇ ਐਡਾ ਐਡਾ ਮੱਖਣ ਦੁੱਧ ਰਿੜਕਣਾ ਮਾਰ ਕੇ ਕਾਹਨੂੰ ਗੱਲਾਂ ਕਰਦਾ ਉਹ ਵੇਲਾ ਕਾਹਨੂੰ ਆਉਣਾ ਹੁਣ ਤਾਂ ਛਿੜ ਛਿੜ ਕੇ ਰੇਹ ਪਾ ਪਾ ਕੇ ਦਵਾਈਆਂ ਯਾਰ ਗੱਲ ਸੁਣ ਜਦੋਂ ਬੰਦਾ 50 ਸਾਲ ਦਾ ਹੋ ਜਾਂਦਾ ਰਿਸ਼ਤੇਦਾਰ ਕਹਿਣ ਲੱਗ ਜਾਂਦੇ 10 ਸਾਲ ਹੀ ਰਹਿ ਗਏ ਤੇਰੇ ਕੋਲ ਨਾਲ ਮੇਰਾ ਸਾਲਾ ਹਰ ਵਕਤ ਡਰ ਲੱਗਿਆ ਰਹਿੰਦਾ ਵੀ ਆ ਜਾਓ ਵੀ ਹਾਰਟ ਅਟੈਕ ਹੋਇਆ ਹੁਣ ਵੀ ਹਾਰਟ ਅਟੈਕ ਹੋਇਆ ਨਾਲ ਮੇਰੀ ਗੱਲ ਸੁਣ ਜਿੜ ਬੈਠ ਹੈਂ ਉਹ ਸਿਆੜੇ ਕਹਿੰਦੇ ਨਾ ਮੈਂ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ ਮੇਰਾ ਸਾਲਾ ਚਾਰ ਕਢਾਈ ਬੈਠਾ ਇੱਕ ਨਾਦੀ ਇੱਕ ਲੈ ਲਾ ਦੋ ਲੈ ਲਾ ਚਲ ਮੰਨੀ ਗੱਲ ਚਾਚਾ ਜੇ ਵੱਡੀ ਲੈ ਲਈ ਵੀ ਕਹਿੰਦੇ ਵੱਡੇ ਕਮਰੂ ਜਾਣਾ ਛੋਟੀ ਰੱਖ ਇੱਕ ਆ ਲਿਆ ਇੱਕ ਜਿੰਡ ਲਈ ਬੈਠਾ ਇੱਕ ਮੇਰੇ ਨਾਲ ਸਕਾਰਪੀਓ ਰੱਖੀ ਬੈਠਾ ਹੈ ਫਿਰ ਗੱਲ ਛੋੜ ਆਪਾਂ ਵੀ ਉਹੋ ਜਿਹੇ ਹੋ ਗਏ ਉਹ ਸਿਆਣੇ ਕਹਿੰਦੇ ਜੈਸਾ ਦੇਸ਼ ਵੈਸਾ ਭੇਸ ਕੰਮ ਆਪਾਂ ਡੱਕਾ ਤੋੜਦੇ ਨਹੀਂ ਚਾਰ ਇੱਧਰਲੇ ਕੱਪੜੇ ਮਾਰੇ ਚਾਚੇ ਕੋਲ ਚਾਰ ਇੱਧਰਲੇ ਮਾਰੇ ਜਟਬੈਠ ਤੜ ਜਾਂਦਾ ਟਾਈਮ ਪਾਸ ਹੋ ਹੀ ਜਾਂਦਾ ਹੁਣ ਆਪਾਂ ਕੰਮ ਕੀ ਕਰੀਏ ਮੱਝਾਂ ਤਾਂ ਹੈਰੀ ਮੇਰੇ ਸਾਲੇ ਦੀਆਂ ਜਿਹੜੀਆਂ ਪੱਠੇ ਪਾ ਦੇਈਏ ਹੈ ਹਰੇਕ ਜੱਟ ਮੇਰਾ ਛੇਲਾ ਹੁਣ ਕਹਿਣ ਤੋਂ ਗੁੱਸਾ ਕਰਨਗੇ ਵੀ ਮੱਝਾਂ ਰੱਖੋ ਘਰੇ ਦੁੱਧ ਪੀਓ ਯਾਰ ਜਵਾਕਾਂ ਨੂੰ ਖੁਰਾਕ ਦਿਓ ਅੱਗੇ ਸਾਡੇ ਨੌਜਵਾਨ ਦਾਰੇ ਸਿੰਘ ਕਰਕੇ ਬਣਦੇ ਸੀ ਭਲਵਾਨ ਹੈ ਕਾਹਦੀ ਗੱਲ ਉਹ ਸਿਆਣੇ ਕਹਿੰਦੇ ਅਰੇ ਇੱਕ ਪੁਰਾਣਾ ਸ਼ੇਰ ਹੈ ਕਹਿੰਦਾ ਨਾ ਪਹਿਲਾਂ ਵਾਲੇ ਬੋੜ ਰਹੇ ਨਾ ਪਹਿਲਾਂ ਵਰਗੀਆਂ ਛਾਵਾਂ ਪੁੱਤ ਇੱਥੋਂ ਦੇ ਨਸ਼ਿਆਂ ਨੇ ਖਾ ਲਏ ਨਾ ਪਹਿਲਾਂ ਵਰਗੀਆਂ ਮਾਵਾਂ ਓਏ ਹੁਣ ਤੁਸੀਂ ਭੁੱਲ ਜਾਓ ਪੰਜਾਬੀ ਉਹ ਦੁਨੀਆ ਥੋਥੋਂ ਕੰਬੂਗੀ ਆਹ ਲੱਕ 28 ਵਾਲੀ ਭਗਤ ਸਿੰਘ ਨਹੀਂ ਜੰਮੂਗੀ ਲੱਕ 28 ਵਾਲੀ ਦਾਰਾ ਸਿੰਘ ਨਾ ਜੰਮੂਗੀ ਯਾਰ ਗੱਲ ਛੋੜ ਗੱਡੀਆਂ ਸਟਾਰਟ ਕਰ ਖੁਸ਼ ਹੋ ਜੂਗਾ ਜਿਹੜੇ ਬੈਠ ਗਰਬ ਕਰ ਲਿਆ ਚਾਬੀ ਚੱਕ ਕੇ ਉਹ ਜੱਟ ਚੌਧਰੀ ਡਰ ਡਰ ਚਾਬੀਆਂ ਮੇਰੇ ਚਲਾ ਟੰਗੀ ਬੈਠਾ ਜਿਵੇਂ ਪਹਿਲਾਂ ਆ ਤਾਂ ਹੋ ਗਈ ਸਵਿਫਟ ਦੀ ਇਹ ਹੋ ਗਈ ਫਾਵਰਾ ਚਿਊਨਰ ਦੀ ਇਹ ਹੋ ਗਈ ਜਿੰਨ ਦੀ ਆਹ ਹੋ ਗਈ ਸਕਾਰਪੀਓ ਦੀ ਅਤੇ ਆਹ ਹੋ ਗਈ ਮੋਟਰਸਾਈਕਲ ਦੀ ਮੇਰਾ ਚਲਾ ਇੰਨੀਆਂ ਚਾਬੀ ਰੱਖੀ ਬੈਠਾ ਪਹਿਲਾਂ ਕਿਹੜੀ ਨੂੰ ਸਟਾਰਟ ਕਰਾਂ ਤੈਨੂੰ ਕਰਾਂ ਹੈ ਤੇ ਤੈਨੂੰ ਕਰਾਂ ਕਿ ਤੈਨੂੰ ਕਰਾਂ ਕਿ ਜਿੰਨ ਕੁਰੇ ਤੈਨੂੰ ਕਰਾਂ ਨਹੀਂ ਜਿੰਨ ਕੁਰੇ ਸਵਿਫਟ ਸਿਆਤੂ ਬੰਦਿਆਂ 'ਚ ਆ ਗਈ ਜਿੰਨ ਆ ਗਈ ਲੇਡੀਜ਼ ਸਵਿਫਟ ਡਿਜ਼ਾਇਰ ਵੀ ਲੇਡੀਜ਼ ਆ ਗਈ ਸਕਾਰਪੀਓ ਬੰਦਿਆਂ 'ਚ ਆ ਗਈ ਠੀਕ ਹੈ ਨਾ ਪਹਿਲਾਂ ਸਵਿਫਟ ਡਿਜ਼ਾਇਰ ਸਟਾਰਟ ਕਰਦੇ ਨਹੀਂ ਹੋ ਜਾ ਰਿਹਾ ਜੀ ਇਹ ਜੁੱਤੀ ਝਾੜ ਕੇ ਚੜ੍ਹੀ ਕੈਲਾਸ਼ਾਂ ਅਤੇ ਗੱਡੀ ਆ ਮੇਰੇ ਸ਼ਕੀਨ ਚਾਚੇ ਦੀ ਜੁੱਤੀ ਝਾੜ ਕੇ ਚੜ੍ਹੀ ਕੈਲਾਸ਼ਾਂ ਅਤੇ ਗੱਡੀ ਆ ਮੇਰੇ ਸ਼ਕੀਨ ਚਾਚਾ ਸਿਉਂਦੀ ਹੈ ਰੈਡੀ ਹੈ ਸਟਾਰਟ ਹੋ ਜਾ ਬਸ ਗੁੱਸਾ ਨਾ ਕਰ ਇਹ ਤੂੰ ਸਟਾਰਟ ਹੀ ਦੇ ਠੀਕ ਹੈ ਨਾ ਮਾੜੀ ਜੀ ਗਰਮ ਹੋ ਜਾ ਚਾਚੇ ਗੂਰਾ ਗਰਮ ਹੋ ਜੀ ਮੇਰੇ ਸਾਲੇ ਦੀ ਗਰਮ ਹੋ ਜਾਂਦਾ ਚਾਚਾ ਸਿਉਂ ਮੇਰਾ ਕੱਲ੍ਹ ਮੇਰਾ ਸਾਲਾ ਮੈਨੂੰ ਲੜ ਪਿਆ ਮੈਨੂੰ ਕਹਿੰਦਾ ਤੂੰ ਆਇਆ ਨਹੀਂ ਇਹ ਜੇ ਕੱਲ੍ਹ ਨਹੀਂ ਜੈਨ ਨੂੰ ਕੋਲੇ ਹੋ ਜਾ ਸਟਾਰਟ ਠੀਕ ਹੈ ਨਾ ਤੂੰ ਵੀ ਸਟਾਰਟ ਹੈ ਉਹ ਤੈਨੂੰ ਨਹੀਂ ਮੇਰਾ ਸਾਲਾ ਬੁਲਾਉਂਦਾ ਆਹੋ ਪੁਰਾਣੀ ਹੋ ਗਈ ਨਵਾਂ ਨੌ ਦਿਨ ਹੋ ਜਾ ਹੋ ਗਈ ਕੀ ਹਾਲ ਮੇਰੇ ਸਾਲ ਦੀ ਕਹਿ ਗਲੇ ਕਰਦੀ ਹੈ ਚੱਲ ਕੋਈ ਨਹੀਂ ਤੇਰੇ ਕੋਲ ਆ ਰਿਹਾ ਨਹੀਂ ਮੈਂ ਤਿਆਰ ਹੋ ਜਾ ਆਹੋ ਮੇਰੇ ਸਾਲੇ ਦੀ ਫੋਰਚੂਨਰ ਹੀ ਹੈ ਮੇਰੇ ਸਾਲੇ ਦੀ ਸਟਾਰਟ ਹੁੰਦੀ ਹੈ ਨਾ ਜਦੋਂ ਕੈਲਾ ਸਿਆ ਜਿਵੇਂ ਜਹਾਜ਼ ਮੇਰਾ ਸਾਲਾ ਲੈਂਡ ਕਰਦਾ ਠੀਕ ਹੈ ਨਾ ਸਟਾਰਟ ਹੀ ਰਹੇ ਡੇ ਸਕਾਰਪੀਓ ਵੀ ਮੇਰੇ ਸਾਲੇ ਦੀ ਕਹਿਣ ਨੂੰ ਕਰਨੇ ਸਿਆ ਘੱਟ ਨਹੀਂ ਹੈ ਠੀਕ ਹੈ ਵੀ ਹੋ ਜਾ ਨਹੀਂ ਸਟਾਰਟ ਹਾਂ ਪਹਿਲਾਂ ਤੈਨੂੰ ਕਿਉਂ ਨਹੀਂ ਸਟਾਰਟ ਕਰਿਆ ਤੈਨੂੰ ਕਿਉਂ ਨਹੀਂ ਸਟਾਰਟ ਕਰਿਆ ਕੋਈ ਨਹੀਂ ਗੁੱਸਾ ਤੇਰਾ ਜਾਇਜ਼ ਤੈਨੂੰ ਹੁਣ ਸਟਾਰਟ ਕਰ ਰਿਹਾ ਗੁੱਸੇ ਨਾ ਹੋ ਇਹ ਅਲੱਗ ਅਲੱਗ ਬਹਿ ਜਾ ਇੰਜਣਾਂ ਦੀ ਚਾਚਾ ਸ਼ਾ ਚੱਕ ਦੂੰ
ਤੈਨੂੰ ਯਾਦ ਆਪਾਂ ਸਹੁਰੀ ਗਏ ਸੀ ਮੇਰੇ ਰਾਤ ਨੂੰ ਦਾਰੂ ਪੀ ਕੇ ਮੇਰੇ ਸਹੁਰੇ ਨੇ ਮੈਨੂੰ ਕੁੱਟਿਆ ਸੀ ਯਾਦ ਹੈ ਤੇਰੇ ਮੋਟਰਸਾਈਕਲ ਨੂੰ ਤਾਂ ਕਹਿ ਦਿਆ ਸਟਾਰਟ ਕਰਨਾ ਹਲ ਇੱਥੇ ਬਹਿ ਜਾ ਡਾਂਸ ਕਰਦਾ ਮੇਰਾ ਜਿਹੜਾ ਡਾਂਸ ਕਰਨ ਨੂੰ ਜੀ ਕਰ ਰਿਹਾ ਮੇਰੇ ਸ਼ਾਲੇ ਦਾ ਹਾਏ ਵੇ ਰੱਬਾ ਚਾਰੇ ਪਾਸੇ ਇੰਜਣਾਂ ਦੀ ਆਵਾਜ਼ ਆ ਰਹੀ ਹੈ ਜਿੰਨ ਦੀ ਆਵਾਜ਼ ਆ ਰਹੀ ਹੈ ਫਾਰਚੂਨਰ ਦੀ ਸਕਾਰਪੀਓ ਦੀ ਸਵਿਫਟ ਦੀ ਇਹ ਸੁਰਗ ਹੈ ਵੀ ਸੁਰਗ ਇਹ ਚਾਚਾ ਸਿਓ ਅੱਗੇ ਆਉਣਾ ਮੇਰੇ ਛਲੇ ਦੀਆਂ ਮੱਝਾਂ ਨੂੰ ਪੱਠੇ ਪਾਉਣੇ ਹੁਣ ਆਉਣਾ ਪਹਿਲਾਂ ਗੱਡੀਆਂ ਗਰਮ ਕਰ ਚਾਚਾ ਸਿਓਂਦੀਆਂ ਖੁਸ਼ ਹੋ ਜੂਗਾ ਅੱਜ ਜਟਵੇੜ ਪੱਕਾ 100% ਗਰੰਟੀ ਇਸ ਗੱਲ ਦੀ ਸਪਸ਼ਟੀਕਰਨ ਕਰਤਾ ਮੈਂ ਅੱਜ ਫਰਕ ਹੈ ਨਹੀਂ ਕਰਨੈਲ ਸਿਆਂ ਥੋੜ੍ਹਾ ਹੀ ਫਰਕ ਹੈ ਪਹਿਲਾਂ ਤੜਕੇ ਆਉਣਾ ਮੱਝਾਂ ਨੂੰ ਪਾਣੀ ਪਿਆਉਣਾ ਹੁਣ ਤੜਕੇ ਆਉਣਾ ਇਹਨਾਂ ਨੂੰ ਪੈਟਰੋਲ ਪੰਪ 'ਤੇ ਲਿਜਾ ਕੇ ਤੇਲ ਪਵਾਉਣਾ ਸੇਮ ਗੱਲ ਹੋ ਗਈ ਅੱਗੇ ਜੇ ਮੱਝ ਨਵੇਂ ਦੁੱਧ ਹੁੰਦੀ ਸੀ ਝੋਟੇ ਕੋਲ ਲੈ ਕੇ ਜਾਣੀ ਪੈਂਦੀ ਸੀ ਹੁਣ ਜੇ ਇਹਨਾਂ ਦੇ ਇੰਜਣ 'ਚ ਨੁਕਸਾ ਜਾਂ ਤੇਲ ਬਦਲਾਉਣਾ ਮਿਸਤਰੀ ਕੋਲ ਲੈ ਕੇ ਜਾਣੀ ਪੈਂਦੀ ਹੈ ਕੋਈ ਬਾਹਲਾ ਡਿਫਟੀਕਲ ਫਰਕ ਨਹੀਂ ਮੱਝਾਂ ਨੂੰ ਨਵਾਉਣਾ ਹੁੰਦਾ ਸੀ ਹੁਣ ਗੱਡੀਆਂ ਨੂੰ ਧੋਣਾ ਪੈਂਦਾ ਹੈਂ ਬਾਹਲਾ ਫਰਕ ਹੈ ਨਹੀਂ ਬਸ ਥੋੜ੍ਹਾ ਜਿਹਾ ਮਤਲਬ ਜਿਹੜਾ ਇਹ ਫਰਕ ਜਿਹਾ ਪੈ ਗਿਆ ਬਾਹਲਾ ਕੋਈ ਫਰਕ ਹੈ ਨਹੀਂ ਇਸ ਗੱਲ ਦਾ ਮੈਂ ਜਿਹੜਾ ਸਪੈਸ਼ਟੀ ਜਿਹੜਾ ਕਰਨਾ ਕਰਤਾ ਇਸ ਗੱਲ ਦੇ ਇਹ ਜਦ ਜਰੇ ਜਰੇ ਜਾਰਲੇ ਜੰਗ ਧੋਰੇ ਪਰੇ ਪਰ ਬੇਨੈਬ ਕੋਟਿਆ ਤੈਨੂੰ ਕਹਿਤਾ ਗੱਲ ਕਰਾਰ ਡਰੇ 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 ਡੰਡ ਡਰੇ ਚਾਚਾ ਜੀ ਕਿਵੇਂ ਆ ਕੀ ਗੱਲ ਹੈ ਚਾਚਾ ਗੱਲ ਕੀ ਆ ਆ ਗੱਡੀਆਂ ਕਿਹੜੇ ਚਲਾਈਆਂ ਨੇ ਮੈਂ ਚਲਾਈਆਂ ਚਾਚਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਇਹ ਸ਼ਰਮ ਕਾਹਦੀ ਚਾਚਾ ਓਏ 100 ਰੁਪਏ ਲੀਟਰ ਡੀਜ਼ਲ ਹੋਇਆ ਪਿਆ ਇਹਨਾਂ ਨੂੰ ਕਿਉਂ ਸੈਲਫ ਮਾਰ ਕੇ ਛੱਡਣਾ ਚਾਚਾ ਸਿਆ ਮੇਰੀ ਗੱਲ ਛੋੜ ਹੁਣ ਮੈਂ ਅੱਗੇ ਆਉਣ ਸਰ ਮੱਝਾਂ ਨਵਾਉਂਦਾ ਸੀ ਹੁਣ ਮੱਝਾਂ ਤੂੰ ਵੇਚਤੀਆਂ ਫਿਰ ਮੈਂ ਤਾਂ ਕੋਈ ਨਾ ਕੋਈ ਕੰਮ ਕਰਨਾ ਗੱਡੀਆਂ ਗਰਮ ਕਰ ਰਿਹਾ ਚਾਚਾ ਗੱਡੀਆਂ ਗਰਮ ਕਰ ਚਾਚਾ ਟਾਇਰ ਮਾਰੀ ਰਿਹਾ ਚਾਚਾ ਲਹੂ ਪੀ ਛੱਡਾ ਤਾਂ ਮੇਰਾ ਲਹੂ ਪੀ ਛੱਡਾ ਤਾਂ ਚੱਜ ਦਾ ਕੰਮ ਮੇਰਾ ਸਾਲਾ ਇੱਥੇ ਕਰ ਹੁੰਦਾ ਹੀ ਨਹੀਂ ਕੋਈ ਓਏ ਚਾਚਾ ਮੈਂ ਕੰਮ ਤਾਂ ਕਿਹੜਾ ਚੱਜ ਦਾ ਨਹੀਂ ਕਰਿਆ ਜੇ ਮੈਂ ਐਂ ਕਰਦਾ ਤਾਂ ਵੀ ਗਾਲਾਂ ਕੱਢਦਾ ਐਂ ਕਰਦਾ ਤਾਂ ਵੀ ਮੈਂ ਫਿਰ ਸੁਸਾਈਡ ਕਰਕੇ ਆਤਮ ਹੱਤਿਆ ਕਰ ਲੂੰ ਚਾਚਾ ਕਰ ਲੈ ਕਰ ਲੈ ਯਾਰ ਗੱਲ ਸਾਨੂੰ ਛਾਵਾ ਜੇ ਕੀ ਦੇ ਰਹੀ ਹੈ ਮੈਂ ਛਾਵਾ ਜੇ ਲੈਣ ਨੂੰ ਫਿਰਦਾ ਤੂੰ ਤੇ ਫਿਰ ਹੋਰ ਕਰਦਾ ਫਿਰ ਗੱਲਿਆ ਫਿਰ ਚਾਚਾ ਹਾਂ ਕੰਮ ਕਰ ਲਾ ਕੋਈ ਹਾਂ ਖੇਤ ਕੰਮ ਕੀ ਕਰਾਂ ਕਣਕ ਬੀਜੀ ਆ ਪਾਣੀ ਲਾਤਾ ਹੁਣ ਸਪਰੇਅ ਕਰਨਾ ਰੇਹ ਪਾਉਣਾ ਉਹ ਤਾਂ ਹੁਣ ਵਿਹਲ ਹੈ ਗੱਡੀ ਦੇ ਸਹੁਰੀ ਜਾਏ ਉਹਨੇ ਫਿਰ ਕੰਮ ਕਰੇ ਉਹਨੇ ਫਿਰ ਕਿਆ ਹੋਇਆ ਫਿਰ ਕਿਉਂ ਚਾਰ ਦਿਨ ਤਾਂ ਹੋਣੇ ਸਹੁਰੀ ਗਏ ਸਹੁਰੀ ਜਾ ਮਨਲੇ ਹੋ ਟਾਈਮ ਸਹੁਰੀ ਜਾ ਮ ਸਹੁਰੀ ਜਾ ਹਾਂ ਫਿਰ ਚਾਚਾ ਫਿਰ ਸਹੁਰੀ ਦਾ ਜਾਣਾ ਹੀ ਹੁੰਦਾ ਚਾਚਾ ਇਸ ਗੱਲ ਦਾ ਸਪਸ਼ਟੀਕਰਨ ਕਰਤਾ ਤੇਰੇ ਕੋਲ ਹੁਣ ਦੱਸ ਤੂੰ ਕੀ ਕਰਦਾ ਹੁਣ ਮੈਂ ਗੱਡੀਆਂ ਬੰਦ ਕਰ ਦਿਆਂ ਕੋਈ ਚੱਜ ਦੀ ਗੱਲ ਕਰ ਲਾ ਹੋ ਕਰ ਬੰਦ ਕਰ ਦੇ ਫਿਰ ਆਹੋ ਉਦੋਂ ਜੇ ਨਹੀਂ ਕਰਦਾ ਤਾਂ ਵੀ ਜਾ ਗੱਲ ਪੈਂਦਾ ਹੁਣ ਮੈਂ ਆਤਮ ਹੱਤਿਆ ਕਰ ਲੈਂਦਾ ਫਿਰ ਇਹ ਆਹੋ ਕਦੇ ਕਰ ਲਿਆ ਇਹ ਤੇ ਮੈਂ ਹੱਤਿਆ ਤੂੰ ਤਾਂ ਕਹਿੰਦਾ ਮੈਂ ਮਾਰਾ ਤੂੰ ਤਾਂ ਕਹਿੰਦਾ ਮੈਂ ਮਾਰਾ ਚਾਚਾ ਬੰਦ ਕਰ ਦੇ ਚਾਚਾ ਇਹ ਆਹੋ ਵੀ ਤੂੰ ਇੱਕ ਜਿੰਨ ਗੱਡੀ ਰੱਖ ਹੈ ਇੱਕ ਗੱਡੀ ਰੱਖ ਲੈ ਇਹ ਗੱਲ ਬਹੁਤ ਵਧੀਆ ਕਰਤੀ ਚਾਚਾ ਹੈ ਚਾਚਾ ਗੱਲ ਸੁਣ ਹੈਲੋ ਤੂੰ ਗਰਮ ਹੋ ਜਾਂਦਾ ਜੱਟਾ ਦਿਲ ਦਾ ਸ਼ਾਫਾ ਓਏ ਇਸ ਗੱਲ ਦਾ ਮੈਂ ਤੈਨੂੰ ਦੱਸਤਾ ਅੱਜ ਦਿਲ ਦਾ ਤੂੰ ਚੰਗਾ ਇਸ ਗੱਲ ਦਾ ਮੈਂ ਤੇਰੇ ਕੋਲ ਸਪਸ਼ਟੀਕਰਨ ਕਰਤਾ ਅੱਜ ਓਏ ਯਾਰ ਫਿਰ ਲਿਖ ਰੱਖਿਆ ਅੱਜ ਤੇ ਦਿਲ ਦਾ ਘੈਂਟ ਬੰਦਾ ਤੂੰ ਬਸ ਕਰ ਯਾਰ ਉਹ ਟੱਪ ਮਾਰਦਾ ਮੇਰੇ ਤੇ ਪੰਪ ਨਹੀਂ ਚਾਚਾ ਪੰਪ ਨਹੀਂ ਓਏ ਗੱਲ ਸੁਣ ਲੈ ਮੇਰੀ ਗੱਲ ਸੁਣ ਹੈਲੋ ਪੁਰਾਣਾ ਸਮਾਂ ਚੰਗਾ ਸੀ ਜ਼ਿਆਦਾ ਤੈਨੂੰ ਹੈ ਤੇਰੇ ਦਾਦੇ ਦੀ ਗੱਲ ਜ਼ਿਆਦਾ 20-20 ਮੱਝਾਂ ਹੁੰਦੀਆਂ ਸੀ 20-20 ਮੱਝਾਂ ਨਾ ਹੁਣ ਮੱਝਾਂ ਲੈ ਕੇ ਤੇ ਗੋਹਾ ਸਟੇ ਲਾ ਮੰਦਰ ਓਏ ਗੋਹਾ ਜਰ ਇਹੀ ਤਾਂ ਗੱਲ ਹੈ ਮੇਰੀ ਗੱਲ ਸੁਣ 50 ਤਾਂ ਨਹੀਂ ਟੱਪਦੇ ਮੁਸਕ ਤੈਨੂੰ ਪਤਾ ਕਿੰਨਾ ਮਾਰਦਾ ਮੁਸਕ ਮਾਰਦਾ ਗੋਹੇ 'ਚ ਮੁਸਕ ਮਾਰਦਾ ਮੇਰੀ ਗੱਲ ਸੁਣ 100-100 ਸਾਲ ਨੂੰ ਬੰਦੇ ਜਾਂਦੇ ਸੀ ਜੇ ਤੇਰੇ ਦੀ ਕਣਕ ਤੇਰੇ ਜੇ ਤੇਰੇ ਦੀ ਝੋਨੇ ਤੇਰੇ ਜੇ ਤੇਰੇ ਦੀ ਝੋਨੇ ਤੇ ਸਪਰੇ ਜੇ ਤੇਰੇ ਦੀ ਕਣਕ ਤੇ ਸਪਰੇ ਮੇਰੇ ਸਾਲੇ ਦੀ ਜ਼ਹਿਰ ਖਾਈ ਜਾਂਦੇ ਆ ਚਾਚਾ ਮੇਰੀ ਗੱਲ ਸੁਣ ਸਿਆਣਾ ਬਣ 3 ਗੱਡੀਆਂ ਵੇਚ ਦੇ ਇੱਕ ਰੱਖ ਲੈ ਜਿਹੜੀ ਮਰਜ਼ੀ ਤੇ ਮੱਝਾਂ ਲੈ ਗਏ ਚਾਚਾ 4 ਓਏ ਮੇਰੀ ਗੱਲ ਸੁਣ ਜਵਾਕਾਂ ਨੂੰ ਦੁੱਧ ਦੁੱਧ ਪੈ ਗਏ ਚਾਚਾ ਹੁਣ ਤੂੰ ਆਪ ਸਿਆਣਾ ਯਾਰ ਮੈਂ ਤੈਨੂੰ ਸਮਝਾਉਂਦਾ ਚੰਗਾ ਨਹੀਂ ਲੱਗਦਾ ਚਾਚਾ ਮੈਂ ਤੈਨੂੰ ਦੱਸ ਕੀ ਗੱਲ ਕਰਿਆ ਹੋਵੇ ਗੱਲ ਤਾਂ ਖਰ ਕਹਿ ਲੈ ਤੇਰੀ ਸਹੀ ਹੈ ਜ਼ਿਮੀਦਾਰ ਵਿਹਲੇ ਵਾਲੇ ਹੋ ਗਏ ਬਹੁਤ ਵਿਹਲੇ ਹੋ ਗਏ ਪੱਕੀਆਂ ਗੱਡੀਆਂ ਦੀ ਥਾਂ ਤੇ ਪਹਿਲਾਂ ਮੈਸਾਂ ਹੁੰਦੀਆਂ ਦੁੱਧ ਹੁੰਦੇ ਘਰ ਦਾ ਦੁੱਧ ਹੁੰਦਾ ਹੁਣ ਜ਼ਮੀਨਾਂ ਦੇ ਹੁਣ ਖੇਤੀ ਕਣਕ ਦੇ ਝੋਨੇ ਦੀ ਖੇਤੀ ਰਹਿ ਗਈ ਕਣਕ ਬੀਜਤੀ ਵਿਹਲੇ ਜੀਰੀ ਲਾਤੀ ਵਿਹਲੇ
ਕੰਮ ਕੋਈ ਰਿਹਾ ਨਹੀਂ। ਅੱਛਾ ਅੱਛਾ ਤਾਂ ਨਾਲ ਏਸੀ ਲੱਗ ਗਏ। ਹਾਂ ਗਰਮੀ ਨਹੀਂ ਚੱਲਦੇ। ਮੈਂ ਸਹਿਮਤ ਆ ਜਿਹੜਾ ਪਹਿਲਾਂ ਵਾਲਾ ਸਮਾਂ ਸੀਗਾ ਸੱਕ ਲੱਖ ਸਹੂਲਤਾਂ ਆ ਗਈਆਂ ਲੱਖ ਸਾਧਨ ਆ ਗਏ। ਪਹਿਲਾਂ ਵਾਲਾ ਸਮੇਂ ਚ ਸੁਖੀ ਸੀ ਤੇ ਹੁਣ ਉਹਨੇ ਦੁਖੀ ਹੋ ਜਾਂਦੇ ਦੁਖੀ ਹੋਈ ਜਾਂਦੇ ਪਾਣੀ ਆਪਾਂ ਘਰੇ ਡੁੱਲੀ ਤੁਰੇ ਨੇ। ਚਾਚਾ ਇੱਕ ਛੋਟੀ ਜੀ ਗੱਲ ਹੈ, ਅੱਗੇ ਮੇਰੀ ਗੱਲ ਸੁਣ, ਆਪਾਂ ਬਾਹਰ ਬਹਿਣ ਜਾਂਦੇ ਹੁੰਦੇ ਸੀ, ਬਾਹਰ ਬਹਿ ਬੂ ਕੇ ਆ ਜਾਂਦੇ ਸੀ। ਹੁਣ ਜਦੋਂ ਬਾਹਰ ਅੰਦਰ ਘਰੇ ਫਲੈਸ਼ ਚ ਬਹਿੰਦੇ ਆ, ਚਾਰ ਬਾਲਟੀਆਂ ਪਾਣੀ ਦੀਆਂ ਵੇਸਟ ਕਰਦੇ ਆ। ਕਦਰ ਕਰੋ ਪਾਣੀ ਦੀ ਵੀ ਚਾਚਾ, ਪਾਣੀ ਅਨਮੁੱਲੀ ਚੀਜ਼ ਆ ਓਏ। ਇਸ ਗੱਲ ਦੇ ਵਿੱਚ ਸਪਸ਼ਟ ਕਰਨਾ, 2 ਕਿਲੋਮੀਟਰ ਤੁਰ ਕੇ ਜਾਂਦੇ ਤੜਕੇ, ਹਾਂ ਸਿਹਤ ਬਣਦੀ ਸੀ। ਹਾਂ ਪਹਿਲਾਂ ਹੁਣ ਕੀ ਹੁੰਦਾ ਸੀਗਾ, ਹਾਂ ਹੁਣ ਇੱਥੇ ਸਮਰਸੀਬਲ ਮੋਟਰ ਲੱਗੀ ਪਈ, ਹਾਂ ਪਹਿਲਾਂ ਨਲਕਾ ਹੁੰਦਾ ਚਾਚਾ ਮੇਰੇ, ਰੇੜ ਕੇ ਪਾਣੀ ਕੱਢਣਾ। ਮੈਨੂੰ ਯਾਦ ਹੈ, ਤੈਨੂੰ ਯਾਦ ਹੈ, ਤੂੰ ਵੀ ਛੋਟਾ ਜਿਹਾ ਹੁੰਦਾ ਸੀ ਜਦੋਂ ਤੇਰਾ ਦਾਦਾ ਕਹਿੰਦਾ ਤੁਸੀਂ ਮੱਝਾਂ ਨੂੰ ਪਾਣੀ ਪਿਆਓ, ਆਪਾਂ ਪਾਣੀ ਗੇੜਦੇ ਸੀ, ਮੱਝਾਂ ਵੀ ਓਨਾ ਕੁ ਪਾਣੀ ਪੀਂਦੀਆਂ ਸੀ। ਹੁਣ ਮੇਰੇ ਸਾਲੇ ਦੀ ਸਵੱਚ ਨੱਪ ਦਿੰਦੇ ਆ, ਦੇਲਡ ਦੇਲਡ ਪਾਣੀ ਡੁੱਲਦਾ, ਉਹ ਵੀ ਵੇਸਟ ਹੋ ਰਿਹਾ, ਉਹ ਕਿਸੇ ਕੰਮ ਨਹੀਂ ਚਾਚਾ। ਪਾਣੀ ਮੁੱਕ ਗਿਆ ਨਾ, ਜੇ ਮੁੱਕ ਗਿਆ ਪਾਣੀ ਸਮਝ ਲਓ ਖਤਮ ਕਹਾਣੀ। ਪਹਿਲਾਂ ਗੱਲ ਤੇਰੀ ਇੱਕ ਗੱਲ ਤੇਰੀ ਲੱਖ ਰੁਪਏ ਦੇ ਕਿਤੇ ਕਿਤੇ ਤੂੰ ਗੱਲ ਬੜੀ ਚੰਗੀ ਕਰ ਦਿੰਦਾ ਚਾਚਾ, ਮੈਂ ਇਸ ਗੱਲ ਤੇ ਮੈਨੂੰ ਗੁੱਸਾ ਚੜਾ ਹੁੰਦਾ ਚਾਚਾ, ਗੁੱਸੇ ਰਵੇ ਗੱਲ ਸਰ, ਬਹੁਤ ਸਹੀ ਹੈ। ਇੱਕ ਲੱਖ ਰੁਪਏ ਦੀ ਗੱਲ ਆ, ਅਸੀਂ ਜਿਹੜੇ ਅੱਜ ਕੱਲ ਵਿਹਲੇ ਹੋ ਗਏ, ਹੈ ਪਾਣੀ ਅਸੀਂ ਖਰਾਬ ਕਰਤਾ, ਹੈ ਮਿੱਟੀ ਅਸੀਂ ਖਰਾਬ ਕਰਤੀ, ਹਵਾ ਅਸੀਂ ਖਰਾਬ ਕਰਤੀ। ਬਸ ਅੱਛਾ ਉਮਰ ਵੀ ਖਰਾਬ ਕਰ ਲਈ ਚਾਚਾ, ਉਮਰ ਵੀ ਬਜਾ ਰਹੇਗੀ। ਮੈਂ ਤੇਰੀ ਗੱਲ ਨਾਲ ਕਹਿਲਾ ਸਹਿਮਤ ਆ ਦੇ। ਥੈਂਕ ਯੂ ਜੀ ਚਾਚਾ। ਮੈਂ ਪਾਣੀ ਵੀ ਨਹੀਂ ਬਰਬਾਦ ਕਰਦਾ, ਹੈ ਗੱਡੀ ਕਹਿਣਾ ਤੂੰ ਗੱਡੀ ਵੇਚਦਾ ਸਾਰਾ, ਹੈ ਇੱਕ ਗੱਡੀ ਰੱਖਾਂਗੇ ਛੋਟੀ, ਇੱਕ ਗੱਡੀ ਰੱਖ, ਖੇਤੀ ਕਰਾਂਗੇ, ਹੈ ਮੈਥਾ ਰੱਖਾਂਗੇ। ਚਾਚਾ ਖੁਸ਼ ਹੋ ਗਿਆ ਵੀ ਅੱਜ ਮੈਂ ਬਸਤੀ ਆ ਯਾਰ, ਮੈਂ ਤਾਂ ਇਹ ਕਹਿਣਾ ਵੀ ਜਿਵੇਂ ਪਹਿਲਾਂ ਵਾਲਾ ਸਮਾਂ ਸੀ ਉਵੇਂ ਜ਼ਿੰਦਗੀ ਨੂੰ ਵੀ, ਹਾਂ ਉਵੇਂ ਜਮੀ ਹੈ ਜ਼ਿੰਦਗੀ, ਕਹਿਣਾ ਚਾਚਾ ਤੇਰੀ ਸਹੀ ਆ, ਕਹਿਣਾ ਤੇਰੀ ਗੱਲ ਮੰਨ ਗਿਆ। ਚੱਲ ਆ ਦੁੱਧ ਵਾਲਾ ਮੁੰਡਾ ਆ ਗਿਆ, ਲਿਆ ਦੁੱਧ, ਹਾਂ ਗੱਲ ਸੁਣ, ਇਹਦੇ ਵਿੱਚ ਮੇਰੀ ਗੱਲ ਸੁਣ, ਦੁੱਧ ਵੀ ਪਾ ਦਿਆ ਕਰੋ, ਅੱਧਾ ਵੱਧ ਪਾਣੀ ਹੁੰਦਾ ਚਾਚਾ ਇਹ ਚ, 8000 ਰੁਪਿਆ ਦੁੱਧ ਦਾ ਜੀ, ਹਾਂ 2000 ਰੁਪਿਆ ਘਰੇ ਫੜਾਉਂਦਾ, ਬਤਾ ਦਾਂਗੇ ਬਾਈ ਤਰਾਓ ਪਤਾ ਦੂੰਗਾ। ਗੱਲ ਸੁਣੀ, 2000 ਰੁਪਿਆ ਚਾਚਾ, 2000 ਰੁਪਿਆ ਉਂ ਲਈ ਜਾਂਦਾ, ਨਾਲੇ ਤੇਰੇ ਮੱਝ ਤਾਂ ਹੈ ਨਹੀਂ, ਨਕਲੀ ਦੁੱਧ ਤਾਂ ਆਪਣੀ ਮੱਝ ਹੈ, ਨਕਲੀ ਦੁੱਧ ਹੈ, ਹਾਂ ਦੁੱਧ ਨਕਲੀ ਬਣਾਉਂਦੇ ਆ ਚਾਚਾ। ਬਹਿ ਬਹਿ ਕੇ ਨਿਕਲ ਜਾ ਯਾਰ, ਜਾਬੜਾ ਅੱਧਾ 1000 ਰੁਪਿਆ ਤੈਨੂੰ ਭੇਜ ਦੇਵਾਂਗੇ, ਜਾਬੜਾ ਜਾਬੜਾ, ਆਹੋ ਜਾਬੜਾ ਹੈ ਕਸੂਤਾ ਜਾ ਜਾ ਅਗਲਾ ਤੁਰ ਜਾ। ਹਾਂ ਗੱਲ ਸੁਣ ਲੈ ਮੇਰੀ, ਹਾਂ ਸਾਰੇ ਜ਼ਿਮੀਦਾਰਾਂ ਨੇ ਮੈਸਾ ਵੇਚਿਆ, ਆਪਾਂ ਤਾਂ ਮੈਸਾ ਕੱਲ ਨੂੰ ਲੈ ਆਵਾਂਗੇ, ਹਾਂ ਪਰ ਗੱਲ ਇਹ ਆ ਵੀ ਨਕਲੀ ਦੁੱਧ ਕਿੰਨਾ ਤਿਆਰ ਹੋ ਰਿਹਾ ਚਾਚਾ, ਉਹ ਅੱਧੋਂ ਵੱਧ ਜਿਵੇਂ ਹੁਣ ਮੰਨ ਕੇ ਚੱਲ, ਹਾਂ 1000 ਲੀਟਰ ਦੀ ਖਪਤ ਦੁੱਧ ਦੀ, 2000 ਲੀਟਰ ਦੁੱਧ ਲੱਗ ਰਿਹਾ, 4 ਲੀਟਰ ਜਾਲੀ ਦੁੱਧ ਬਣ ਰਿਹਾ ਬਣ ਰਿਹਾ, ਤਾਂ ਮੈਂ ਅਖਬਾਰਾਂ ਤੇ ਪੜ ਰਿਹਾ ਆਪਣੇ ਪਿੰਡਾਂ ਦੇ ਵਿੱਚ ਜਾਲੀ ਦੁੱਧ ਬਣਨ ਲੱਗ ਗਿਆ, ਬਣ ਲੱਗ ਗਿਆ, ਕੋਈ ਬੰਦਾ ਮੈਂ ਸਾਰਾ ਕੇ ਰਾਜ ਨਹੀਂ ਹੈਗਾ ਚਾਚਾ। ਗੱਲ ਤੇਰੀ ਜਮਾ ਸਹੀ ਆ ਕਹਿਲਿਆ, ਗੱਲ ਕਰ ਹੁਣ ਇਹ ਕੰਮ ਸਰਕਾਰਾਂ ਨੂੰ ਵੀ ਚਾਹੀਦਾ ਚਾਚਾ, ਸਰਕਾਰ ਜੇ ਆਪਾਂ ਦੁੱਧ ਰੱਖ, ਜੇ ਆਪਾਂ ਦੁੱਧ ਪਾਈਏ, ਹਾਂ ਦੁੱਧ ਦਾ ਵੀ ਰੇਟ ਨਹੀਂ ਹੈਗਾ ਦੁੱਧ ਦਾ, ਹਾਂ ਹਰੇਕ ਬੰਦਾ ਤਾਂ ਮੈਂ ਇਸ ਰੱਖ ਨਹੀਂ ਰਾਜੀ, ਫੁੱਦੂ ਮੈਂ ਜਿਟ ਬੈਠ ਗੱਲ ਕਹੇਗਾ ਗੁੱਛਾ ਕਰਦਾ ਯਾਰ, ਮੈਂ ਸੱਚ ਬੋਲਦਾ, ਹਰੇਕ ਗੱਲ ਘੁਮਾ ਫਿਰਾ ਕੇ ਸਰਕਾਰਾਂ ਤੇ ਛੱਡ ਦਿੰਦੇ ਆ। ਉਹ ਸੌਖੇ ਹੋਣ ਦੇ ਮਾਰੇ ਕਣਕ ਤੇ ਝੋਨੇ ਦੀ ਖੇਤੀ ਕਰਦੇ ਆ, ਸ਼ੌਕੀ ਆ ਉਹ 20 ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਬੀਜ ਸਕਦੇ ਆ ਤੁਸੀਂ, ਹੋਰ ਕੀ ਬੀਜ ਸਕਦੇ ਆ ਦੱਸ ਦੇ। ਦੇਖ ਚਾਚਾ ਮੇਰੀ ਗੱਲ ਚ, ਬਦਾਮਾਂ ਦੀ ਖੇਤੀ ਕਰੋ, ਮੇਰੇ ਛਲੇ ਨਾਲੇ ਖੇਤ ਗੇੜਾ ਨਾਲੇ ਬਦਾਮ ਖਾਧੇ, ਕੇਸਰ ਦੀ ਖੇਤੀ ਕਰ ਲਓ, ਜਿਆਂਗ ਹਰੜਿਆਂ ਦੀ ਖੇਤੀ ਕਰ ਲਓ, ਹੈ ਮੇਰੇ ਛਲੇ ਦੀ ਗੋਭੀ ਦੀ ਮੂੰਗੀ ਦੀ, ਮੇਰਾ ਚਾਚਾ 32 ਹੋਰ ਤਾਂ ਹੋਰ ਜੱਟਾ ਜਿਹੜਾ ਤੂੰ ਆਪ ਹੀ ਪੜਦਾ ਹੁੰਦਾ ਵੀ ਡੋਡਿਆਂ ਦੀ ਖੇਤੀ ਕਰ ਲਓ ਚਾਚਾ, ਕਦੇ ਤੈਨੂੰ ਕੀ ਲੱਗਦਾ ਮੇਰੀ ਗੱਲ ਸੁਣ ਲੈ ਚਾਚਾ, ਮੇਰੇ ਛਲੇ ਡਰਿਆ ਤੂੰ ਤਾਂ ਵੀ ਤਾਂ ਕਰਨੀ ਸੌਖੀ ਖੇਤੀ ਤਾਂ ਵੀ ਚਾਚਾ, ਹੋਰ ਫਿਰ ਤਾਂ ਹੀ ਹੈ ਮੇਰਾ ਸਾਲਾ, ਮੇਰਾ ਮੇਰੀ ਗੱਲ ਵੀ ਸੁਣ ਲੈ, ਉਹ ਕਣਕ ਦੇ ਝੋਨਾ ਵਿਕਦਾ, ਹੋਰ ਫਸਲਾਂ ਵਿਕਦੀਆਂ ਨਹੀਂ, ਦਾਲਾਂ ਧਰਤੀ ਵਰਗੀ ਧਰਤੀ ਹੈ ਨਹੀਂ ਕਿਤੇ ਹੈਗੀ, ਮੈਂ ਮੰਨਦਾ ਪਰ ਤੈਨੂੰ ਪਤਾ ਤੈਨੂੰ ਤਾਂ ਤੇਰੇ ਦਾ ਜ਼ਿਆਦਾ ਮੂਰਖਾ, ਜਦੋਂ ਆਪਾਂ ਕਣਕ ਦੇ ਝੋਨਾ ਆਪਾਂ ਬੀਜਣ ਲਾਇਆ ਝੋਨਾ ਹੋਣ ਲਾਇਆ ਕਿੰਨੇ ਟਿੱਪੇ ਚੱਕੇ ਨੇਗੇ, ਜੇ ਆਪਾਂ ਟਿੱਪੇ ਚੱਕ ਸਕਦੇ ਹਾਂ ਆਪਾਂ ਝੋਨਾ ਹੋਣ ਲਾ ਸਕਦੇ ਹਾਂ, ਆਪਾਂ ਹੋਰ ਦਾਲਾਂ ਨਹੀਂ ਬੀਜ ਸਕਦੇ, ਸਬਜ਼ੀ ਨਹੀਂ ਬੀਜ ਸਕਦੇ, ਫਲ ਨਹੀਂ ਬੀਜ ਸਕਦੇ, ਮੰਡੀ ਕਰਦੇ ਨਹੀਂ ਬਾਪੂ, ਵਿਕਦੇ ਨਹੀਂ ਗੇ ਮੰਡੀ ਕਰਨੇ, ਕਣਕ ਦੇ ਝੋਨਾ ਬੀਜਦਾ, ਤਾਂ ਕਹਿਣਾ ਵੀ ਸਰਕਾਰਾਂ ਦੇ, ਸਰਕਾਰਾਂ ਦੇ ਸਾਰੇ ਆ, ਤਾਂ ਕਹਿਣਾ ਮੈਂ ਤਾਂ ਪੜਦਾ ਚਾਚਾ। ਪਰ ਸਰਕਾਰਾਂ ਬਦਲੇ, ਸਰਕਾਰਾਂ ਬਦਲੂ ਕੌਣ, ਤੁਸੀਂ ਤੇ ਅਸੀਂ ਬਦਲਣੀਆਂ, ਹਾਂ ਮੇਰੀ ਗੱਲ ਸੁਣ, ਕਿਸਾਨ ਤੇ ਮਜ਼ਦੂਰ ਦਾ ਕਰੋ ਇੱਕ ਤੇ ਬਣਾਓ ਕਿਸਾਨ ਤੇ ਮਜ਼ਦੂਰ ਨੂੰ ਮੰਤਰੀ, ਵੇਖ ਫਰਕ ਪੈਂਦਾ ਚਾਚਾ। ਯਾਰ ਅਸੀਂ ਨਹੀਂ ਕਿਸਾਨ ਮਜ਼ਦੂਰ ਉਮੀਦਵਾਰ ਕਿਹਨੂੰ, ਅਜੇ ਤਾਂ ਆਪਦੀ ਪੱਕੀ ਜਿਹੜੀ ਪੰਥਕ ਪਾਰਟੀ ਉਸ ਨੂੰ ਵੋਟ ਪਾਵਾਂਗੇ, ਇਹੀ ਤਾਂ ਗੱਲ ਹੈ, ਜੋ ਮਰਜ਼ੀ ਕਰੇ ਪੰਥਕ ਪਾਰਟੀ ਨੂੰ ਵੋਟ ਪਾਵਾਂ। ਹਾਂ ਫਿਰ ਮੇਰੀ ਗੱਲ ਸੁਣ, ਕੁੱਛੜ ਫੜ ਲਈ ਪੰਥਕ ਪਾਰਟੀ ਦਾ, ਰਗੜ ਕੇ ਤਾਂ ਰੱਖ ਦੇ ਤੇਰੀ ਪੰਥਕ ਪਾਰਟੀ ਨੇ, ਕਿਹੜੀ ਤੇਰੀ ਪੰਥਕ ਪਾਰਟੀ ਆ ਓਏ, ਹੈ ਹੈ ਪਾਲ ਤੇਰੇ ਵਰਗੇ ਚਾਚਾ, ਫੁੱਦੂ ਲੋਕ, ਘਟੀਆ ਲੋਕ, ਚਗਲ ਲੋਕ ਜਿਹੜੇ ਨੇ ਪੰਜਾਬ ਡੋਬਿਆ ਚਾਚਾ, ਮੈਂ ਨਾ ਉਹਨਾਂ ਚ ਤੁਸੀਂ ਆ ਓਏ, ਤੂੰ ਬੱਕਰ ਓਏ, ਮੇਰੀ ਗੱਲ ਸੁਣ ਲੈ, ਬਹੁਤ ਬੋਲ ਲੈ ਤੂੰ, ਬਹੁਤ ਬੋਲੂਗਾ, ਦੇਖ ਲੈ ਆਪਣਾ ਬੋਲੀ, ਠੀਕ ਹੈ ਪਾਰਟੀ ਦਾ ਬੋਲੂਗਾ, ਜੇ ਜੇ ਚੱਜ ਦੇ ਕੰਮ ਕਰੇ ਹੁੰਦੇ ਮੈਂ ਸ਼ਾਬਾਸ਼ ਦਿੰਦਾ ਪਾਰਟੀ ਨੇ, ਪਾਰਟੀ ਦੇ ਖਿਲਾਫ ਤਾਂ ਬੋਲ ਪਿਆ ਕੋਈ ਗੱਲ ਨਹੀਂ, ਜੇ ਸਰਦਾਰ ਸਾਹਿਬ, ਸੁਖਵੀਰ ਸਾਹਿਬ ਤੇ ਬਾਦਲ ਸਾਹਿਬ ਦੇ ਖਿਲਾਫ ਬੋਲਣਾ, ਮੈਂ ਤੇਰੀ ਜ਼ਬਾਨ ਖੋਲ, ਓਏ ਚਾਚਾ ਜਾਣ ਦੇ, ਜੇ ਮੈਂ ਮੂੰਹ ਖੋਲਿਆ ਮੇਰੀ ਗੱਲ ਸੁਣ, ਕੀਤਾ ਕੀ ਆ ਉਹਨੇ, ਕੀਤਾ ਕੀ ਹੈ,
बोली ना मैं मेरी गल सुन जटा सिर पाड़ दूं तेरा फिर ना मेरी गल सुन अखबारा च सुरखी आऊगी भी मजदूर ने किसान का सिर पाड़ता केड़ी पंथक पार्टी है तेरी वा चकदा झोला रोज ही कित फलैने था चलिया तेरे अर्गे पुछते हैं नहीं करते तेरे मूहरे बन्ने हाथ बड़े पंथक दे ज्यादा तेरा दादा करतार सिंह सारे दिया किड्डियां कुर्बानियां ओए मेरी गल सुन हुण ओह पार्टी नहीं रहेगी ओए हुण चाचा तेरे पैरियां हाथ लाउणा ओए सुबह दा भुलिया शाम नूं लौटिया ना दमाखा तेरी गल मन्ना मन चाचा मन वैसे भी पार्टी हुण इह पिट्टी पई है चल मैं तेरी गल मन लैना हुण हर इक जिहड़े बदलो आदला बदली दा समां चले जांदा हर कोई उधर वगदा कोई उधर वगदा हां चाचा अपना भी टाइम है आपां भी हुण साल मारदे आ साल मार के आपां पार्टी बदलदे आ केड़ी कांग्रेस दे विच जा वड़दे आ ओह कांग्रेस दे विच पता क्यों जा रहे हैं उधर चन्नी वर्ग की थोड़ी मोटी हवा जी बननी शुरू हुई है कांग्रेस जा वड़दे खुश है हुण छाले मेरे दा जी करदा चार मेरा करके ओए खूह चो निकले खाते च छाल मारी एके मरदा बोलू खप्पण पाली ओए चाचा अशा ओए भुल गया 84 हैं ओ भुल गया साडे सिखां दे गल च टायर पापा फूके गए हैं किवें साडे नाल बैतकरे करे चाचा भुल गया ओए चाचा हैं ना ना परिवारां दे परिवार उजड़ गए चाचा मैं ना चाचा याद कर ओए हैं कांग्रेस ते नहीं जांदा हां कांग्रेस ते इहनां च नहीं जाणा होर पार्टी चुण कोई फिर कांग्रेस च नहीं जांदे अकालियां च नहीं जांदे गल इह हैं झाड़ू च वग जाने आम आदमी पार्टी च ਹੁਣ ਤਾਂ ਜੀ ਕਰਦਾ ਤੇਰੀ ਧੌਣ ਵੜਦਿਆਂ ਚਾਚਾ ਕਿਉਂ ਹੁਣ ਕਿਉਂ ਮੇਰੀ ਗੱਲ ਸੁਣ ਇਹ ਕਿਹੜੀ ਪਾਰਟੀ ਆ ਇਹ ਮੇਰੀ ਗੱਲ ਸੁਣ ਆਪਣੇ ਸਿੱਖਾਂ ਦੀ ਪਾਰਟੀ ਨਹੀਂ ਹੋ ਸਕਦੀ ਕਿਤੇ ਮੈਂ ਲਿਖ ਕੇ ਦਿੰਦਾ ਗੱਲ ਸੁਣ ਭਗਵੰਤ ਮਾਨ ਕਿੰਨਾ ਵਧੀਆ ਕੰਮ ਕਰ ਰਿਹਾ ਸੀ ਉਹਨੂੰ ਮੁੱਖ ਮੰਤਰੀ ਐਲਾਨਿਆ ਇਹਨਾਂ ਨੇ ਖੂੰਜੇ ਲਾਇਆ ਪਿਆ ਜੇ ਮੈਂ ਖੂੰਜੇ ਲਾਤਾ ਇਹ ਚਾਚਾ ਆਪਣੇ ਪੰਜਾਬੀਆਂ ਦੇ ਹੱਕ 'ਚ ਨਹੀਂ ਹੋਏ ਆਪਣੇ ਹੈ ਨਹੀਂ ਹੱਕ 'ਚ ਇਹ ਮੈਂ ਤੁਹਾਨੂੰ ਦੱਸਾਂ ਜੇ ਹੱਕ 'ਚ ਹੁੰਦੀ ਤਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਦੇਣਾ ਸੀ ਇਹਨਾਂ ਨੇ ਅਤੇ ਜਿੱਤ ਵੀ ਮੈਂ ਇਹਨਾਂ ਵੀ ਲਿਖ ਕੇ ਦਿੰਦੇ ਚਾਚਾ ਇਸ ਗੱਲ ਦੀ ਗੱਲ ਆ ਯਾਰ ਕਹਿ ਲਿਆ ਹੁਣ ਮੈਂ ਚੌਧਰਦਾਰੀ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਂ ਕੜਾਮ ਚੌਧਰੀ ਬਣੇ ਨਹੀਂ ਫਿਰ ਮੇਰੀ ਗੱਲ ਨਹੀਂ ਰਹਿ ਸਕਦਾ ਚੌਧਰਦਾਰੀ ਤੋਂ ਬਿਨਾਂ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਭੁੱਖਾ ਚਾਚਾ ਭੁੱਖਾ ਪਾਵਰ ਤੋਂ ਬਿਨਾਂ ਨਹੀਂ ਰਹਿ ਸਕਦਾ ਸਨ ਜੇ ਮੇਰੀ ਪਾਵਰ ਡਾਊਨ ਹੋਊਗੀ ਜੇ ਮੈਂ ਕਿਸੇ ਦੇ ਵਿੱਚ ਮੰਨ ਕੇ ਚੱਲ ਜਿਹੜੀ ਪਾਰਟੀ ਦੇ ਵਿੱਚ ਜਾਵਾਂ ਸਰਕਾਰ ਬਣੇ ਮੇਰੀ ਪਾਵਰ ਹੋਰ ਮੇਰਾ ਥਾਣੇ ਦੇ ਵਿੱਚ ਕੰਮ ਹੋਵੇ ਮੈਂ ਫੋਨ ਮਾਰਾਂ ਮੇਰਾ ਸਾਰੇ ਕੰਮ ਹੋਣ ਮੈਂ ਪਾਵਰ ਤੋਂ ਬਿਨਾਂ ਨਹੀਂ ਰਹਿ ਸਕਦਾ ਹੋਰ ਕਿੱਧਰ ਨੂੰ ਜਾਵਾਂ ਚਾਚਾ ਇੱਕ ਮਿੰਟ ਬੈਠ ਬੈਠ ਇਸ ਗੱਲ ਦਾ ਮੈਂ ਸਪਸ਼ਟੀਕਰਨ ਦਿੰਦਾ ਮੇਰੀ ਗੱਲ ਸੁਣ ਤੂੰ ਮੇਰੇ ਕੋਲ ਸਪਸ਼ਟੀਕਰਨ ਕਰ ਵੀ ਤੈਨੂੰ ਕੀ ਚਾਹੀਦਾ ਕਾਰੇ ਚ ਕੀ ਗੱਲ ਦਾ ਭੁੱਖਾ ਮੈਨੂੰ ਦੱਸ ਸਰ ਪਾਵਰ ਦਾ ਭੁੱਖਾ ਮੈਨੂੰ ਪਾਵਰ ਦੇ ਫੁੱਲ ਚਾਹੀਦੇ ਪਾਵਰ ਦਾ ਭੁੱਖਾ ਹੋਰ ਕੀ ਚਾਹੀਦਾ ਹੁਣ ਗੱਲ ਇਹ ਹੈ ਵੀ ਜੇ ਮੇਰੇ ਕੋਲ ਪਾਵਰ ਹੋਵੇ ਜਿਵੇਂ ਹੁਣ ਮੈਂ ਪਹਿਲਾਂ ਰਹਾ ਸਾਡੀ ਹੁਣ ਜਿਹੜੀ ਪਾਰਟੀ ਸੀਗੀ ਮੈਨੂੰ ਇਹ ਆ ਵੀ ਜਿੰਨਾ ਟਾਈਮ ਮੈਂ ਕਿਤੇ ਪਰਚਾ ਨਾ ਦਰਜ ਕਰਾਵਾਂ ਜਿੰਨਾ ਟਾਈਮ ਮੇਰੀ ਨਾ ਚੱਲੇ ਕਿੰਨਾ ਟਾਈਮ ਮੈਨੂੰ ਇਹ ਹੁੰਦਾ ਵੀ ਆਹ ਜਿਹੜਾ ਬੰਦਾ ਜਿਹੜਾ ਮੈਨੂੰ ਪਿੰਡ 'ਚ ਚੁਭਦਾ ਉਹਦੇ ਮੈਂ ਪਰਚਾ ਦਰਜ ਕਰਾਵਾਂ ਹੁਣ ਮੇਰਾ ਜਿਹੜਾ ਸਾਡੇ ਪਹਿਲਾਂ ਵਾਲਾ ਸੀ ਉਹਦੀ ਪਰਚਾ ਦਰਜ ਹੋ ਜਾਂਦਾ ਸੀ ਮੈਂ ਚੀਜ਼ਾਂ ਦਾ ਭੁੱਖਾ ਮੈਂ ਆਪ ਤੋਂ ਅੱਗੇ ਕਿਸੇ ਨੂੰ ਲੰਘਦਾ ਬਰਦਾਸ਼ਤ ਨਹੀਂ ਕਰ ਸਕਦਾ ਅੱਛਾ ਮੈਂ ਚੀਜ਼ ਦਾ ਭੁੱਖਾ ਹੋਰ ਮੇਰੇ ਕਹਿਣ ਤੇ ਕੰਮ ਹੋਣ ਹੋਰ ਸਪਸ਼ਟੀਕਰਨ ਕਰ ਮੇਰੇ ਕਹਿਣ ਤੇ ਮੰਨ ਕੇ ਚੱਲ ਵੀ ਆ ਬਹੁਤ ਚੀਜ਼ਾਂ ਦਾ ਮੈਂ ਭੁੱਖਾ ਯਾਰ ਮੈਨੂੰ ਇਹ ਚੀਜ਼ ਦੀ ਭੁੱਖ ਰਹਿੰਦੀ ਆ ਵੀ ਆਹ ਕੰਮ ਮੈਂ ਲੋਕਾਂ ਤੇ ਐਵੇਂ ਨਾ ਮੰਨ ਕੇ ਚੱਲ ਨਿਚੋੜ ਕੇ ਰੱਖਾਂ ਹੁਣ ਜਿਹੜੀਆਂ ਗੱਡੀਆਂ ਖੜੀਆਂ ਨੇ ਜਿਹੜੀਆਂ ਗੱਡੀਆਂ ਖੜੀਆਂ ਨੇ ਐਵੇਂ ਥੋੜੂ ਗੱਡੀਆਂ ਬਣ ਗਈਆਂ ਜੇ ਲੋਕਾਂ ਦਾ ਪੈਸਾ ਲੁੱਟਿਆ ਤਾਂ ਹੀ ਬਣੀ ਤਾਂ ਹੀ ਬਣੀ ਟੀਕੇ ਲਾਏ ਨੇ ਲੋਕਾਂ ਨੇ ਭਰ ਤਾਂ ਇਹ ਗੱਡੀਆਂ ਬਣੀਆਂ ਨੇ ਕਹਿ ਲਿਆ ਐਵੇਂ ਨਹੀਂ ਬਣੀਆਂ ਇਹ ਚੀਜ਼ਾਂ ਦਾ ਮੈਂ ਪੈਸੇ ਦਾ ਬਹੁਤ ਭੁੱਖਾ ਮੇਰੇ ਨਾਲ ਕੰਨ ਮੈਨੂੰ ਹੁਣ ਦੋ ਹਜੇ ਮੈਂ ਇਹ ਚੀਜ਼ਾਂ ਦਾ ਭੁੱਖਾ ਹਜੇ ਤਾਂ ਮੈਂ ਪਿੰਡ ਦੀ ਸਰਪੰਚੀ ਕਰੀ ਹੈ ਮੈਂ ਅਗਲੀ ਵਾਰੀ ਅੱਗੇ ਜ਼ਿਲ੍ਹੇ 'ਚ ਜਾਣਾ ਚਾਹੁੰਦਾ ਚਾਚਾ ਸੁਣ ਸੁਣ ਮੈਂ ਸਪਸ਼ਟੀਕਰਨ ਕਰ ਦੇਖ ਮੇਰੀ ਗੱਲ ਸੁਣ ਤੁਸੀਂ ਖਾ ਰਹੇ ਹੋ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਪੰਜਾਬ ਦਾ ਖਾ ਰਹੇ ਹੋ ਲੁੱਟ ਰਹੇ ਹੋ ਸੁਣ ਲੁੱਟੀ ਹੈ ਸੁਣ ਲੈ ਮੇਰੀ ਗੱਲ ਜਿੰਨਾ ਟਾਈਮ ਇਹ ਲੋਕਾਂ ਨੂੰ ਲੁੱਟ ਗਏ ਨਾ ਜਿੰਨਾ ਟਾਈਮ ਇਹਨੇ ਲੋਕਾਂ ਨੂੰ ਥੱਲੇ ਨਾਲ ਲਾ ਕੇ ਰੱਖੀ ਉਹਨਾਂ ਟਾਈਮ ਸਵਾਦ ਨਹੀਂ ਆਉਂਦਾ ਕਹਿੰਦਾ ਪਰ ਚਾਚਾ ਖੂਹ ਖਾਤੇ ਪਵੇ ਪੰਜਾਬ ਯਾਰ ਖੂਹ ਖਾਤੇ ਪਵੇ ਚਾਚਾ ਮੈਂ ਤੁਹਾਨੂੰ ਦੱਸਾਂ ਉਹ ਨੀਲੀ ਛੱਤ ਵਾਲਾ ਜਿਹੜਾ ਪੂਰੀ ਸ੍ਰਿਸ਼ਟੀ ਨੂੰ ਚਲਾਉਂਦਾ ਤੇਰੇ ਅਰਗੇ ਤੇ ਫਿਰ ਜਵੈਕ ਜਾਂਦਾ ਚਿੱਟੇ ਤੇ ਲੱਗਣਗੇ ਜਾਂ ਕੋਈ ਸਾਲਿਆਂ ਨੂੰ ਬਿਮਾਰੀ ਲੱਗੂਗੀ ਲੱਗਦੇ ਆ ਉਹ ਕੱਖ ਨਹੀਂ ਰਹਿੰਦਾ ਮੈਂ ਤਾਂ ਆਪਦੇ ਜਵਾਕ ਨੂੰ ਬਾਹਰ ਭੇਜ ਦੇਣਾ ਅਮਰੀਕਾ ਕੈਨੇਡਾ ਇੱਥੇ ਤੈਨੂੰ ਪਤਾ ਜੋ ਹੁੰਦਾ ਹੁਣ ਉਹ ਚਾਚਾ ਜਵੈਕ ਤਾਂ ਭੇਜ ਦੇਗਾ ਬਾਹਰ ਪਰ ਮੇਰੀ ਗੱਲ ਸੁਣ ਚਾਚਾ ਸਭ ਤੋਂ ਪਹਿਲਾਂ ਤਾਂ ਇੱਥੇ ਮੁਗਲ ਆਏ ਉਹ ਪੰਜਾਬ ਨੂੰ ਲੁੱਟ ਕੇ ਸੁੱਟ ਗਏ ਪਰ ਪੰਜਾਬ ਫਿਰ ਬਸਦੇ ਦਾ ਬਸਦਾ ਰਿਹਾ ਫਿਰ ਅੰਗਰੇਜ਼ ਆ ਗਏ ਅਬਦਾਲੀ ਅਰਗੇ ਆ ਗਏ ਸਾਰਾ ਪੰਜਾਬ ਨੂੰ ਲੁੱਟ ਕੇ ਲੈ ਗਏ ਪਰ ਪੰਜਾਬ ਬਸਦੇ ਦਾ ਬਸਦਾ ਰਿਹਾ ਤਾਂ ਕਿ ਇਸ ਪੰਜਾਬ ਦੇ ਉੱਤੇ ਗੁਰੂਆਂ ਪੀਰਾਂ ਦਾ ਹੱਥ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੇ ਸੂਰਬੀਰਾਂ ਨੂੰ ਜਨਮ ਦਿੱਤਾ ਚਾਚਾ ਬਥੇਰਾ ਲੁੱਟ ਲਿਆ ਓਏ ਜੇ ਤੁਸੀਂ ਸੁਧਰ ਗਏ ਨਾ ਤਾਂ ਸਾਡੇ ਕਿਸੇ ਬੰਦੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਉਹ ਮਾਮਾ ਦੇ ਪੁੱਤ ਮਾਮਾ ਇੱਥੇ ਤਰਸਦੀਆਂ ਪੁੱਤਾਂ ਨੂੰ ਦੇਖਣ ਨੂੰ ਪੁੱਤ ਬਾਹਰ ਤੈਨੂੰ ਪਤਾ ਕਿੰਨਾ ਕੰਮ ਕਰਦੇ ਆ ਚਾਚਾ ਹਾੜੇ ਹਾੜੇ ਸੁਧਰ ਜਾਓ ਚਾਚਾ ਬਚਾ ਲਿਓ ਪੰਜਾਬ ਨੂੰ
ਓਏ ਬਚਾ ਲਓ, ਬਹੁਤ ਲੁੱਟ ਲਿਆ ਓਏ ਚਾਚਾ, ਬਚਾ ਲਓ ਪੰਜਾਬ ਨੂੰ, ਬਚਾ ਲਓ ਪੰਜਾਬ, ਖਤਮ ਹੋ ਚੱਲਿਆ ਚਾਚਾ, ਚਾਚਾ ਬਚਾ ਲਓ ਪੰਜਾਬ। ਹੱਥ ਨਾ ਜੋੜ, ਮੈਂ ਤੇਰੀ ਗੱਲ ਸਮਝ ਗਿਆ। ਹਾਂ ਗੱਲ ਤੇਰੀ ਸਮਝ ਗਿਆ। ਹੁਣ ਗੱਲ ਇਹ ਆ, ਮੈਂ ਕਿਸੇ ਪਾਰਟੀ ਦਾ ਸਾਥ ਨਹੀਂ ਦਊ। ਹਾਂ ਮੈਂ ਕਹਿਣਾ ਚਾਹੁੰਦਾ, ਮੈਂ ਲੋਕਾਂ ਨੂੰ ਐਲਾਨ ਕਰਦਾ, ਮੈਂ ਪੰਜਾਬ ਦਿਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੇ ਐਡਾ ਵੱਡਾ ਮੋਰਚਾ ਜਿੱਤਿਆ, ਐਡਾ ਵੱਡਾ ਮੋਰਚਾ ਲੜਿਆ, ਕਿਸਾਨਾਂ ਤੇ ਮਜ਼ਦੂਰਾਂ ਦੀ ਆਪਦੀ ਸਰਕਾਰ ਹੋਵੇ, ਆਪਦੀ ਪਾਰਟੀ ਹੋਵੇ ਜਿਹੜੀ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਕਰੇ। ਇਸ ਕਰਕੇ ਸਾਡੇ ਵਰਗੇ ਜਿਹੜੇ ਚੋਰ ਲੋਕ ਨੇਗੇ, ਇਹ ਚੋਰਾਂ ਲੋਕਾਂ ਨੂੰ, ਚੋਰਾਂ ਲੋਕਾਂ ਬਾਹਰ ਕੱਢਿਆ ਜਾਵੇ, ਬਾਹਰ ਕੱਢਿਆ ਜਾਵੇ। ਇਸ ਕਰਕੇ ਬੇਨਤੀ ਹੈ ਮੇਰੀ ਪੰਜਾਬ ਅੱਗੇ, ਹੱਥ ਬੰਨ ਕੇ ਲੋਕਾਂ ਅੱਗੇ, ਇਹ ਤਿੰਨੇ ਜਿਹੜੇ ਗਦਾਰ ਨੇਗੇ, ਐਡੇ ਵੱਡੇ ਫਲੈਕਸ ਬੋਰਡ ਐਡਣੇ ਕਢਾ ਕੇ ਪੰਜਾਬ ਤੇ ਕਰੋੜਾਂ ਰੁਪਏ ਦਾ ਖਰਚਾ ਕੀਤਾ ਜਾ ਰਿਹਾ, ਸਾਡੇ ਪੈਸੇ ਹੀ ਆਉਗੇ, ਇਹ ਕਰੋੜਾਂ ਰੁਪਏ ਇਹ ਪੰਜਾਬ ਦਾ ਕਰਜ਼ਾ ਉਤਾਰਨ ਤੇ ਲੱਗ ਜੇ, ਵਾਤਾਵਰਨ ਸ਼ੁੱਧ ਕਰਨ ਤੇ ਲੱਗ ਜੇ, ਤਾਂ ਸਾਡਾ ਪੰਜਾਬ ਬਦਲ ਸਕਦਾ। ਇਸ ਕਰਕੇ ਬੇਨਤੀ ਆ ਵੀ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਜ਼ਰੂਰ ਅਣਕਾਰੋ, ਕਿਸੇ ਦਾ ਗਾਪੀ ਨੇ ਝੂਠੇ ਵਾਅਦੇ ਨੇ ਜਿੰਨੇ ਮਰਜ਼ੀ ਸੁਣ ਲਓ, ਝੂਠੇ ਵਾਅਦੇ ਨੇਗੇ, ਪੰਜਾਬ ਦਾ ਬਦਲਣਾ ਕੁਛ ਨਹੀਂ, ਬਦਲ ਤੁਸੀਂ ਆਪਣੀ ਇਕੱਲੀ ਇਕੱਲੀ ਵੋਟ ਨਾ ਸਕਦੇ, ਕੁਛ ਕੋਸ਼ਿਸ਼ ਕਰੋ, ਸੱਚ ਝੂਠ ਤੁਹਾਡੇ ਸਾਹਮਣੇ ਹੈ, ਕੋਸ਼ਿਸ਼ ਕਰੋ ਵੀ ਸੱਚ ਮਗਰ ਚੱਲਣ, ਪੰਜਾਬ ਨੂੰ ਬਚਾ ਲਓ।